मेरे ਤੇ ਤਾਂ ਗੁੱਸਾ ਹੀ ਇੰਨਾ ਹੁੰਦਾ ਸੀ ਇੰਨੀ ਨਫ਼ਰਤ ਹੁੰਦੀ ਸੀ ਨਾ ਵੀ ਬਸ ਮੈਂ ਇਕੱਲੀ ਰਹਿਣਾ ਪਸੰਦ ਕਰਦੀ ਹੁੰਦੀ ਸੀ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਸਾਡੀ ਮੈਰਿਜ ਹੋਈ ਆ ਤੇ ਵੀ ਅਸੀਂ ਕਿੱਦਾਂ ਲਾਈਫ ਜੀਣੀ ਅੱਗੇ ਲੜਾਈਆਂ 'ਚ ਮਤਲਬ ਇੱਦਾਂ ਹੁੰਦਾ ਸੀ ਵੀ ਡਿਵੋਰਸ ਹੋ ਜਾਵੇ ਸਾਡਾ ਵੀ ਇਹ ਕਿਹੜੇ ਚੱਕਰਾਂ 'ਚ ਪੈ ਗਏ ਅਸੀਂ ਕਿਉਂਕਿ ਫੈਮਿਲੀ ਵੱਲੋਂ ਵੀ ਕੁਛ ਪ੍ਰੋਬਲਮ ਆ ਰਹੀਆਂ ਸੀਗੀਆਂ ਫਿਰ ਜਿੱਦਾਂ ਫਿਰ ਮੈਂ ਚਾਹ ਚੂ ਪੀਣ ਬੈਠਦੀ ਹਾਂ ਫਿਰ ਬਸ ਇਹ ਮੇਰੇ ਮੋਢੇ 'ਤੇ ਬਹਿ ਜਾਂਦਾ ਫਿਰ ਜਿੰਨੀ ਦੇਰ ਮੇਰਾ ਕੰਮ ਚੱਲਦਾ ਉੰਨੀ ਦੇਰ ਇਹ ਨਾਲ ਹੀ ਇੱਦਾਂ ਮੇਰੇ ਮੋਢੇ 'ਤੇ ਹੁੰਦਾ ਗੁੱਸੇ ਵੀ ਉਵੇਂ ਬੱਚਿਆਂ ਵਾਂਗੂ ਹੁੰਦਾ ਜਦ ਵੀ ਕਰਦਾ ਨਾ ਗੁੱਸੇ ਮੈਂ ਹੋ ਜਾਂਦੀ ਕਈ ਵਾਰ ਮੈਨੂੰ ਬਹੁਤ ਕਲ ਪਾ ਦਿੰਦਾ ਇਹ ਤੰਗ ਬਹੁਤ ਕਰਦਾ ਹੈਗਾ ਫਿਰ ਪਤਾ ਕੀ ਮੈਂ ਕਿਸੇ ਨਾਲ ਫੋਨ 'ਤੇ ਗੱਲ ਕਰਦੀ ਹਾਂ ਨਹੀਂ ਕਰਨ ਦਿੰਦਾ ਕਿਉਂਕਿ ਫੋਨ ਕੱਟ ਫੋਨ 'ਤੇ ਚੁੰਝਾ ਮਾਰਦਾ ਗਾ ਫੋਨ ਦੀ ਇਹ ਚੀਜ਼ਾਂ ਕਵਰਾਂ ਤੋੜ ਦਿੰਦਾ ਗਾ ਵੀ ਨਹੀਂ ਫੋਨ ਕੱਟ ਦੇ ਬੇਟਾ ਵੀ ਫੋਨ ਦੇਖਦਾ ਗਾ ਉਹਦੇ ਉਹਨੂੰ ਵੀ ਨਹੀਂ ਦੇਖਣ ਦਿੰਦਾ ਕਈ ਵਾਰ ਉਹਦੇ ਫੋਨ ਦੇ ਉੱਤੇ ਚੜ ਜਾਂਦਾ ਫੋਨ ਬੰਦ ਕਰ ਦਿੰਦਾ ਗਾ ਵੀ ਫੋਨ ਨਹੀਂ ਦੇਖਣਾ ਉਹ ਖਿਡਾਉਣੇ ਇੱਕ ਖਿਡਾਉਣੇ ਪਿੱਛੇ ਜੋ ਦੋਨਾਂ ਦੀ ਜਿੱਦ ਹੁੰਦੀ ਆ ਜਿਹੜਾ ਖਿਡਾਉਣਾ ਉਹਨੇ ਫੜਾ ਇਹਨੇ ਜਾ ਕੇ ਖੋ ਲੈਣਾ ਫਿਰ ਉਹਨੇ ਇਹਦੇ ਕੋਲੋਂ ਖੋਣਾ ਇੱਕ ਖਿਡਾਉਣ ਢੇਰ ਲੱਗੇ ਚੀਕਾਂ ਮਾਰਨੀ ਉਹਨੇ ਚੀਕ ਮਾਰਨੀ ਫਿਰ ਇਹਨੇ ਖੋ ਜਾਣਾ ਇਹਨੇ ਵੀ ਉਹਨੇ ਮਾਰਨਾ ਵਾ ਬਸ ਇੱਕ ਖਿਡਾਉਣੇ ਦੀ ਜਿੱਦ ਨਾਲ ਇਹਨੂੰ ਪਤਾ ਮੈਂ ਸੋਣਾ ਕਿੱਥੇ ਲਾਈਟਾਂ ਸਾਰੇ ਕਮਰੇ ਬੰਦ ਹਨੇਰਾ ਹੋ ਗਿਆ ਹਨੇਰੇ 'ਚ ਇਹਨੇ ਤੁਰੇ ਫਿਰਦੇ ਨੇ ਸਾਰੇ ਪਾਸੇ ਇਹਨੂੰ ਪਤਾ ਇੱਥੇ ਆ ਕੇ ਮੇਰੇ ਕੋਲ ਬਹਿ ਜਾਣਾ ਤੁਹਾਡੇ ਨਾਲ ਸੌਂਦਾ ਮੇਰੇ ਕੋਲ ਹਾਂ ਮੈਂ ਕਿਹਾ ਮਿੱਠੂ ਆ ਜਾ ਫਿਰ ਮੇਰੇ ਕੋਲ ਕਿੱਥੇ ਆ ਤੂੰ ਦੱਸਣ ਦੀ ਵੀ ਲੋੜ ਕਹਿਣ ਦੀ ਮੈਨੂੰ ਆ ਕੇ ਇੱਥੇ ਬਹਿ ਗਿਆ ਫਿਰ ਮੈਂ ਫੜ ਲੈਣਾ ਫਿਰ ਪੰਜ ਸੱਤ ਮਿੰਟ ਜੇ ਲਾੜ ਨਾ ਕਰਾਂ ਮੈਂ ਜੇ ਇੱਦਾਂ ਹੀ ਬਿਠਾ ਦੇਵਾਂ ਕੋਈ ਟੋਕਰੀ 'ਚ ਲਪੇਟ ਕੇ ਇਹਨੂੰ ਬਿਸਤਰੇ 'ਚ ਇਹਨੇ ਫਿਰ ਬਾਹਰ ਨਿਕਲਾਉਣਾ ਫਿਰ ਇਹਨੇ ਮੇਰੇ ਕੋਲ ਇੱਥੇ ਆ ਜਾਣਾ ਫਿਰ ਪੰਜ ਸੱਤ ਮਿੰਟ ਲਾ ਕੇ ਫਿਰ ਸਵਾਉਣਾ ਫਿਰ ਇਹਨੇ ਸਵੇਰੇ ਉੱਠਣਾ ਜਦੋਂ ਹੀ ਉੱਠਣਾ ਵਿੱਚ ਰਾਤ ਨੂੰ ਆਰਾਮ ਨਾਲ ਸੁੱਤਾ ਹੁੰਦਾ ਸੀ ਰਾਤ ਨੂੰ ਕਈ ਵਾਰੀ ਦੇਖਦੇ ਹੁੰਦੇ ਸਾਡੀ ਬਹਿਸ ਵਿੱਚ ਵੀ ਇਹ ਡਿਬੇਟ ਕਰਦਾ ਵੀ ਤੁਸੀਂ ਨਾ ਬੋਲੋ ਇਹਦਾ ਮਤਲਬ ਇਹ ਹੁੰਦਾ ਤੁਹਾਨੂੰ ਲੜਨ ਵੀ ਨਹੀਂ ਦਿੰਦਾ ਛੋਟਾ ਹੁੰਦਾ ਸੀ ਬੇਟਾ ਜਦੋਂ ਵੀ ਰੁੜਦਾ ਵੀ ਨੀ ਹੁੰਦਾ ਸੀ ਇਹਨੂੰ ਮੈਂ ਬੈਡ ਤੇ ਪਾ ਦੇਣਾ ਉਹਨੇ ਕਈ ਵਾਰ ਨੁੱਕਰ ਤੇ ਆ ਜਾਣਾ ਇਹਨੂੰ ਕਹਿਣਾ ਪਿੱਛੇ ਹੋ ਪਿੱਛੇ ਹੋ ਜੇ ਉਹਨੇ ਇਹਨੇ ਫਿਰ ਮੈਨੂੰ ਆਵਾਜ਼ ਮਾਰਨੀ ਜੱਸੀ ਜੱਸੀ ਜ਼ੋਰ ਨਾਲ ਆਵਾਜ਼ਾਂ ਮਾਰਦੇ ਮੈਂ ਕਿਚਨ 'ਚ ਕੰਮ ਕਰਦੀ ਹੁੰਦੀ ਸੀਗੀ ਇਹਨੇ ਮੇਰੇ ਬੇਟੇ ਨੂੰ ਤਾਂ ਇੱਦਾਂ ਇੱਕ ਜਿਵੇਂ ਇਨਸਾਨ ਨਹੀਂ ਮਤਲਬ ਬੱਚੇ ਨੂੰ ਪਾਲਦਾ ਹੁੰਦਾ ਇੱਦਾਂ ਇਹਨੇ ਉਹਦੀ ਦੇਖ ਰੇਖ ਕੀਤੀ ਹੈਗੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬਲਜਿੰਦਰ ਸਿੰਘ ਅੱਜ ਲੈ ਕੇ ਹਾਜ਼ਰ ਹੋਇਆ ਇੱਕ ਅਜਿਹੇ ਪਰਿਵਾਰ ਦੀ ਕਹਾਣੀ ਤੁਸੀਂ ਵੀ ਨਾ ਸੋਚ ਕੇ ਵੀ ਹੈਰਾਨ ਹੋ ਜਾਓ ਵੀ ਕਿਸ ਤਰ੍ਹਾਂ ਇੱਕ ਤੋਤੇ ਨੇ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ ਪਰਿਵਾਰ ਜਿਵੇਂ ਕਹਿ ਦਈਏ ਨੇ ਵੀ ਮਰਨ ਕਿਨਾਰੇ ਪਹੁੰਚ ਗਿਆ ਸੀ ਪਰ ਇੱਕ ਤੋਤਾ ਆਉਂਦਾ ਜ਼ਿੰਦਗੀ ਦੇ ਵਿੱਚ ਅਤੇ ਅੱਜ ਦਿਨ ਖੁਸ਼ਹਾਲ ਬਣਾ ਦਿੰਦਾ ਸਾਡੇ ਨਾਲ ਦੋ ਜੇ ਕਹਿ ਦਈਏ ਇੱਕ ਪਰਿਵਾਰ ਮੌਜੂਦਾ ਟਿੰਕੂ ਜੱਸੀ ਗੱਲਬਾਤ ਵੀ ਕਰਵਾਵਾਂਗੇ ਆ ਦੇਖੋ ਇੱਕ ਵਾਰੀ ਮੋਢੇ 'ਤੇ ਤੋਤਾ ਬੈਠਾ ਇਸ ਤੋਤੇ ਨੇ ਸਾਰੇ ਘਰ ਨੂੰ ਖੁਸ਼ਹਾਲ ਬਣਾਇਆ ਹੋਇਆ ਗੱਲਾਂ ਬਾਤਾਂ ਵੀ ਕਰਦਾ ਇਹ ਤੋਤਾ ਅੱਛਾ ਭੈਣੇ ਇੱਕ ਵਾਰੀ ਨਾ ਬੋ ਪਹਿਲਾਂ ਬੋਲ ਕੇ ਦਿਖਾਇਓ ਇਹਨੂੰ ਮਿੱਠੂ ਚਲ ਇੱਧਰ ਆਓ ਪਹਿਲਾਂ ਖਾਸ ਰਿਹਾ ਪਲ ਇਹਨੇ ਜ਼ਿੰਦਗੀ ਮੈਂ ਜਿੰਨੇ ਕੁ ਲਫ਼ਜ਼ ਕਵਾਂਗੀ ਉਹਦੇ ਉਨੇ ਥੋੜੇ ਹੋਣਗੇ ਇਹਦੇ ਲਈ ਮਤਲਬ ਹਰ ਦਿਨ ਇਹਦੇ ਨਵੇਂ ਨਵੇਂ ਮਤਲਬ ਹੁੰਦੇ ਆ ਠੀਕ ਆ ਤੋਤੇ ਹਰ ਇੱਕ ਨੇ ਆਪਣਾ ਆਪਣੇ ਘਰ ਰੱਖੇ ਹੋਣਗੇ ਹਰ ਇੱਕ ਦੇ ਬੋਲਦੇ ਵੀ ਇਸ ਤੋਂ ਜ਼ਿਆਦਾ ਬੋਲਦੇ ਹੋਣਗੇ ਸਾਫ਼ ਬੋਲਦੇ ਹੋਣਗੇ ਪਰ ਮੈਂ ਤਾਂ ਇਹੀ ਕਹੂੰਗੀ ਵੀ ਇੱਦਾਂ ਦਾ ਤੋਤਾ ਮੈਂ ਨਹੀਂ ਕਹਿੰਦੀ ਵੀ ਕਿਸੇ ਨੂੰ ਮਿਲਿਆ ਹੋਊਗਾ ਜਿਹਨੇ ਆ ਕੇ ਜ਼ਿੰਦਗੀ ਪਲਟਤੀ ਸਾਡੀ ਇੱਕ ਪਿਆਰ ਦੀ ਭਾਵਨਾ ਦੇਤੀ ਸਾਨੂੰ ਵੀ ਕਿਵੇਂ ਪਿਆਰ ਕਰੀਦਾ ਆਪਾਂ ਮਤਲਬ ਵੀ ਨਹੀਂ ਮੇਰੇ 'ਚ ਤਾਂ ਗੁੱਸਾ ਹੀ ਇੰਨਾ ਹੁੰਦਾ ਸੀ ਇੰਨੀ ਨਫ਼ਰਤ ਹੁੰਦੀ ਸੀ ਨਾ ਵੀ ਬਸ ਮੈਂ ਇਕੱਲੀ ਰਹਿਣਾ ਪਸੰਦ ਕਰਦੀ ਹੁੰਦੀ ਸੀ ਮਤਲਬ ਜਮ੍ਹਾਂ ਇਕੱਲੀ ਰਹਿਣਾ ਪਸੰਦ ਮੈਂ ਕਿਹਾ ਜਦੋਂ ਮੈਰਿਜ ਤੋਂ ਬਾਅਦ ਸਾਡੀ ਲਾਈਫ 'ਚ ਕੁਛ ਇੱਦਾਂ ਦੀਆਂ ਪ੍ਰੋਬਲਮ ਆ ਗਈਆਂ ਕੁਛ ਫੈਮਿਲੀ ਵੱਲੋਂ ਸੀ ਕੁਛ ਇੱਧਰੋਂ ਸੀਗੀਆਂ ਬਹੁਤ ਮਤਲਬ ਹੋ ਗਿਆ ਸੀ ਕੁਛ ਸਾਨੂੰ ਬਾਹਰੋਂ ਕਿਸੇ ਨੇ ਟੋਰਚਰ ਕੀਤਾ ਅਤੇ ਇਸ ਕਰਕੇ ਮਤਲਬ ਜ਼ਿਆਦਾ ਮੈਂਟਲੀ ਅਪਸੈਟ ਹੋਣ ਕਰਕੇ ਨਾ ਵੀ ਮੈਂ ਇਕੱਲੀ ਰਹਿਣਾ ਪਸੰਦ ਕਰਦੀ ਹੁੰਦੀ ਸੀਗੀ ਵੀ ਨਾ ਹੁਣ ਇਹਨੂੰ ਲਵ ਵੀ ਨਹੀਂ ਕਹਿ ਸਕਦੇ ਅੱਜ ਜੀ ਅਸੀਂ ਬਾਹਰ ਜਾਣਾ ਸੀਗਾ ਬਾਹਰ ਜਾਣ ਦੇ ਚੱਕਰ 'ਚ ਅਸੀਂ ਮੈਰਿਜ ਹੋਈ ਸੀ ਸਾਡੀ ਉਹ ਥੋੜ੍ਹੀ ਜਿਹੀ ਬਸ ਵੀ ਕੁਛ ਨੈਗਟਿਵ ਪੁਆਇੰਟਾਂ 'ਚ ਚਲੀ ਗਈ ਸੀਗੀ ਅਜਿਹੇ ਕਿਹੜੇ ਪਲ ਆਏ ਜ਼ਿੰਦਗੀ ਦੇ ਵਿੱਚ ਵੀ ਇਸ ਤੋਤੇ ਨੇ ਜਿਹੜੀ ਜ਼ਿੰਦਗੀ ਉਹ ਬਦਲ ਕੇ ਰੱਖ ਦਿੱਤੀ ਜਦੋਂ ਇਹਦੇ ਮਤਲਬ ਜਦੋਂ ਇਹ ਆਇਆ ਨਾ ਐਕਚੁਲੀ ਮੇਰੇ ਫਿਰ ਸਾਡੇ ਕੋਈ ਬੇਬੀ ਵੀ ਨਹੀਂ ਸੀਗਾ ਮੈਰਿਜ ਹੋਈ 16 'ਚ ਮੈਰਿਜ ਹੋਈ ਸੀ 17-18 ਦੇ ਵਿੱਚ 3 ਸਾਲ ਅਸੀਂ ਇੱਦਾਂ ਹੀ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਸਾਡੀ ਮੈਰਿਜ ਹੋਈ ਆ
ਅਤੇ ਵੀ ਅਸੀਂ ਕਿੱਦਾਂ ਲਾਈਫ ਜੀਣੀ ਅੱਗੇ ਲੜਾਈਆਂ 'ਚ ਹੀ ਮਤਲਬ ਇੱਦਾਂ ਹੁੰਦਾ ਸੀ ਵੀ ਡਿਵੋਰਸ ਹੋ ਜਾਵੇ ਸਾਡਾ ਵੀ ਇਹ ਕਿਹੜੇ ਚੱਕਰਾਂ 'ਚ ਪੈ ਗਏ ਅਸੀਂ ਕਿਉਂਕਿ ਫੈਮਿਲੀ ਵੱਲੋਂ ਵੀ ਕੁਛ ਪ੍ਰੋਬਲਮ ਆ ਰਹੀਆਂ ਸੀਗੀਆਂ ਅਤੇ ਇੱਧਰੋਂ ਵੀ ਫੈਮਿਲੀ ਵੱਲੋਂ ਆ ਰਹੀਆਂ ਸੀ ਸਾਡੀ ਫੈਮਿਲੀ ਵੱਲੋਂ ਵੀ ਆ ਰਹੀਆਂ ਸੀਗੀਆਂ ਅਤੇ ਉੱਧਰ ਸਾਨੂੰ ਕੋਈ ਬਾਹਰੋਂ ਵੀ ਟੋਰਚਰ ਕਰ ਰਿਹਾ ਸੀਗਾ ਮਤਲਬ ਬਾਹਰੋਂ ਕੁਛ ਵੀ ਕਿਸੇ ਨਾਲ ਮੇਰੀ ਕੋਈ ਸੀਗੀ ਥੋੜ੍ਹੀ ਬਹੁਤੀ ਰੰਜਿਸ਼ ਸੀਗੀ ਪਹਿਲਾਂ ਦੀ ਉਹਨੇ ਆ ਕੇ ਸਾਡੀ ਮੈਰਿਜ ਤੋਂ ਬਾਅਦ ਕੱਢੀ ਹਾਂ ਉਹ ਬਸ ਉਹਦੇ ਕਰਕੇ ਥੋੜ੍ਹਾ ਜਿਹਾ ਮੈਂ ਮੈਂਟਲੀ ਅਪਸੈਟ ਜ਼ਿਆਦਾ ਹੋ ਗਈ ਸੀਗੀ ਅਤੇ ਚਲੋ ਉਹ ਆਸਤੇ ਆਸਤੇ ਫਿਰ ਮੈਂ ਬਿਮਾਰ ਬਹੁਤ ਰਹਿਣ ਲੱਗ ਗਈ ਸੀ ਫਿਰ ਜਦੋਂ ਇਹ ਸਾਨੂੰ 8 June 2018 ਨੂੰ ਮਿਲਿਆ ਗਾ ਫਿਰ ਉਦੋਂ ਬਾਅਦ ਆ ਕੇ ਮੇਰਾ ਪਾਸਾ ਪਲਟ ਗਿਆ ਫਿਰ ਨਹੀਂ ਮੈਂ ਪਿੱਛੇ ਮੁੜ ਕੇ ਦੇਖਿਆ ਫਿਰ ਚਲੋ ਮੇਰੇ ਰੱਬ ਦੀ ਦਇਆ ਹੋਈ ਸਾਡੇ 'ਤੇ ਇੰਨੀ ਕੁ ਮਿਹਰ ਹੋਈ ਵੀ ਬੇਟਾ ਕੰਸੀਵ ਹੋਇਆ ਫਿਰ ਚਲੋ ਉਹਦਾ ਬਰਥਡੇ ਹੋਇਆ ਉਦੋਂ ਬਾਅਦ ਖੁਸ਼ੀਆਂ ਹੀ ਖੁਸ਼ੀਆਂ ਫਿਰ ਇਹ ਵੀ ਬਾਹਰ ਗਏ ਮੇਰਾ ਕੰਮ ਚੱਲਿਆ ਮੈਂ ਪਾਰਲਰ ਦਾ ਕੰਮ ਕਰੇ ਮਤਲਬ ਚਲਾਇਆ ਫਿਰ ਆਸਤੇ ਆਸਤੇ ਘਰ ਨਾਲ ਪਿਆਰ ਪਿਆ ਫੈਮਿਲੀ ਨਾਲ ਪਿਆਰ ਪਿਆ ਮਤਲਬ ਬਹੁਤ ਚੀਜ਼ਾਂ ਮਤਲਬ ਬਦਲ ਗਈਆਂ ਕੋਈ ਟਾਈਮ ਹੁੰਦਾ ਸੀ ਮੈਂ ਕਿਸੇ ਨੂੰ ਬੁਲਾ ਕੇ ਵੀ ਰਾਜ਼ੀ ਨਹੀਂ ਹੁੰਦੀ ਸੀ ਮੈਨੂੰ ਕੋਈ ਬੁਲਾਉਂਦਾ ਸੀ ਨਾ ਮੈਨੂੰ ਗੁੱਸਾ ਚੜ੍ਹਦਾ ਸੀ ਮੈਨੂੰ ਬੁਲਾਉਂਦਾ ਕਿਉਂ ਅੱਜ ਇਹੋ ਜਿਹਾ ਅੱਜ ਸਾਡਾ ਜਿਹੜਾ ਘਰ ਆ ਇਹਦੇ ਨਾਮ 'ਤੇ ਮਤਲਬ ਜਾਣਨ ਲੱਗ ਗਿਆ ਗਾ ਅਤੇ ਮੈਨੂੰ ਕੋਈ ਕੁਛ ਬੋਲਦਾ ਜਾਂ ਕੁਛ ਵੀ ਉਹਦਾ ਰਿਪਲਾਈ ਇਹ ਕਰਦਾ ਗਾ ਮਤਲਬ ਮੈਨੂੰ ਕਿਸੇ ਨੂੰ ਕੁਛ ਕਹਿਣ ਵੀ ਨਹੀਂ ਦਿੰਦਾ ਈਵਨ ਆਪਾਂ ਕਈ ਵਾਰ ਅਸੀਂ ਦੋਨੇ ਜਾਣੇ ਇੱਦਾਂ ਬਹਿਸ ਪੈਂਦੇ ਕੋਈ ਗੱਲ ਤੋਂ ਹੀ ਇੱਦਾਂ ਕੋਈ ਚੀਜ਼ ਤੋਂ ਬਹਿਸ ਜਾਂਦੇ ਹੈਗੇ ਉਹਦਾ ਵੀ ਇੱਧਰ ਹੀ ਮਤਲਬ ਹੁੰਦਾ ਗਾ ਵੀ ਇਹਨਾਂ ਨੂੰ ਪੈਂਦਾ ਜ਼ਿੰਦਗੀ ਜਾਂਦਾ ਕੀ ਹਾਲਾਤ ਹੋਣੇ ਸੀ ਅੱਜ ਫਿਰ ਸ਼ਾਇਦ ਮੈਂ ਮੇਰੀ ਜ਼ਿੰਦਗੀ ਖਤਮ ਹੁੰਦੀ ਆ ਹਾਂ ਐਂਡ ਆ ਚੁੱਕਿਆ ਸੀ ਮੇਰੀ ਲਾਈਫ ਦਾ ਫਿਰ ਮੈਂ ਖਤਮ ਕਰ ਲੈਣੀ ਸੀ ਆਪਣੇ ਆਪ ਨੂੰ ਦੁਬਾਰਾ ਜ਼ਿੰਦਗੀ ਦੇਣ ਵਾਲਾ ਇਹ ਮਿੱਠੂ ਹੈ ਹਾਂ ਮੇਰੇ ਖੁਦਾ ਦੇ ਲੜ ਲੱਗੀ ਮੈਂ ਉਸ ਤੋਂ ਬਾਅਦ ਫਿਰ ਮੇਰੀ ਜ਼ਿੰਦਗੀ 'ਚ ਖੁਦਾ ਨੇ ਇਹ ਝੋਲੀ 'ਚ ਪਾਇਆ ਮੇਰੀ ਜ਼ਿੰਦਗੀ ਪਲਟ ਗਈ ਕਿਸ ਤਰ੍ਹਾਂ ਦਿਨ ਦੇ ਵਿੱਚ ਤੁਹਾਡੇ ਨਾਲ ਰਹਿੰਦਾ ਇਹ ਕਿ ਅੱਗਵੇਂ ਗੱਲਾਂ ਬਾਤਾਂ ਕਰਦਾ ਇਹ ਪੂਰਾ ਦਿਨ ਹੁਣ ਸਵੇਰੇ ਉੱਠਣਾ ਇਹਨਾਂ ਨੇ ਇਹਨੇ ਅਸੀਂ 6:30 ਉੱਠ ਜਾਂਦੇ ਹਾਂ ਉਦੋਂ ਉੱਠਿਆ ਹੁੰਦਾ ਇਹਨੂੰ ਇਹਦੀ ਟੋਕਰੀ ਲਾਈ ਹੋਈ ਆ ਰਾਤ ਨੂੰ ਇਹਨਾਂ ਦੀ ਇੱਦਾਂ ਨਾ ਛਾਤੀ 'ਤੇ ਇਹਨਾਂ ਨੇ ਰੁਮਾਲ ਰੱਖ ਲੈਣਾ ਅਤੇ ਉੱਥੇ ਬਹਿ ਜਾਣਾ ਇਹਨਾਂ ਨੇ ਅਤੇ ਫਿਰ ਇਹਨਾਂ ਨੇ ਮਤਲਬ ਉਹਨੂੰ ਲਵੇਟ ਕੇ ਅਤੇ ਉਹਦੇ 'ਚ ਟੋਕਰੀ 'ਚ ਪਾ ਦੇਣਾ ਸਵੇਰੇ ਇਹਨੇ 6:30 ਉੱਠੇ ਹੋਣਾ ਜਦੋਂ ਆਪਾਂ ਮੈਂ ਉੱਠੀ ਹੁੰਦੀ ਹਾਂ ਉਦੋਂ ਪਹਿਲਾਂ ਹੀ ਉੱਠ ਖੜਨਾ ਬਸ ਜਿੱਦਾਂ ਹੀ ਮੇਰਾ ਬੈੱਡ ਤੋਂ ਨੀਚੇ ਪੈਰ ਲੱਗਿਆ ਇਹਨੇ ਨਾਲ ਹੀ ਰੌਲਾ ਪਾ ਦੇਣਾ ਮੈਨੂੰ ਵੀ ਲੈ ਜਾਣਾ ਨਾਲ ਹੀ ਫਿਰ ਉਸ ਤੋਂ ਬਾਅਦ ਮਤਲਬ ਮੈਂ ਬੇਟੇ ਨੂੰ ਤਿਆਰ ਕਰਕੇ ਸਕੂਲ ਭੇਜਣਾ ਹੁੰਦਾ ਇਹਨੂੰ ਮੈਂ ਥੋੜ੍ਹੀ ਦੇਰ ਲਈ ਪਿੰਜਰੇ 'ਚ ਬਿਠਾ ਦਿੰਦੀ ਹਾਂ ਕਿਉਂਕਿ ਬੇਟੇ ਨੂੰ ਫਿਰ ਮੈਨੂੰ ਕਾਹਲੀ ਹੁੰਦੀ ਬੇਟੇ ਨੂੰ ਮੈਂ ਸਕੂਲ 'ਚ ਭੇਜਾਂ ਫਿਰ ਜਿੱਦਾਂ ਹੀ ਫਿਰ ਮੈਂ ਚਾਹ ਚੂਹ ਪੀਣ ਬੈਠਦੀ ਹਾਂ ਫਿਰ ਬਸ ਇਹ ਮੇਰੇ ਮੋਢੇ 'ਤੇ ਬਹਿ ਜਾਂਦਾ ਫਿਰ ਜਿੰਨੀ ਦੇਰ ਮੇਰਾ ਕੰਮ ਚੱਲਦਾ ਉੰਨੀ ਦੇਰ ਇਹ ਨਾਲ ਹੀ ਇੱਦਾਂ ਮੇਰੇ ਮੋਢੇ 'ਤੇ ਹੁੰਦਾ ਗੁੱਸੇ ਵੀ ਉਵੇਂ ਬੱਚਿਆਂ ਕੋਲ ਹੁੰਦਾ ਜਦ ਵੀ ਕਰਦਾ ਨਾ ਗੁੱਸੇ ਮੈਂ ਹੋ ਜਾਂਦੀ ਹਾਂ ਕਈ ਵਾਰ ਮੈਨੂੰ ਬਹੁਤ ਕੁਲ ਪਾ ਦਿੰਦਾ ਇਹ ਤੰਗ ਬਹੁਤ ਕਰਦਾ ਗਾ ਫਿਰ ਪਤਾ ਕੀ ਮੈਂ ਕਿਸੇ ਨਾਲ ਫੋਨ 'ਤੇ ਗੱਲ ਕਰਦੀ ਨਹੀਂ ਕਰਨ ਦਿੰਦਾ ਕਿਉਂਕਿ ਫੋਨ ਕੱਟ ਫੋਨ 'ਤੇ ਚੁੰਝਾ ਮਾਰਦਾ ਗਾ ਫੋਨ ਦੀ ਇਹ ਚੀਜ਼ਾਂ ਕਵਰਾਂ ਤੋੜ ਦਿੰਦਾ ਗਾ ਵੀ ਨਹੀਂ ਫੋਨ ਕੱਟ ਦੇ ਬੇਟਾ ਵੀ ਫੋਨ ਦੇਖਦਾ ਗਾ ਉਹਦੇ ਉਹਨੂੰ ਵੀ ਨਹੀਂ ਦੇਖਣ ਦਿੰਦਾ ਕਈ ਵਾਰ ਉਹਦੇ ਫੋਨ ਦੇ ਉੱਤੇ ਚੜ੍ਹ ਜਾਂਦਾ ਫੋਨ ਬੰਦ ਕਰ ਦਿੰਦਾ ਗਾ ਵੀ ਫੋਨ ਨਹੀਂ ਦੇਖਣਾ ਗਾ ਖਿਡਾਉਣੇ ਇੱਕ ਖਿਡਾਉਣੇ ਪਿੱਛੇ ਦੋਨਾਂ ਦੀ ਜਿੱਦ ਹੁੰਦੀ ਆ ਜਿਹੜਾ ਖਿਡਾਉਣਾ ਉਹਨੇ ਫੜਾ ਇਹਨੇ ਜਾ ਕੇ ਖੋਹ ਲੈਣਾ ਫਿਰ ਉਹਨੇ ਇਹਦੇ ਕੋਲੋਂ ਖੋਣਾ ਇੱਕ ਖਿਡਾਉਣ ਢੇਰ ਲੱਗਿਆ ਚੀਕਾ ਮਾਰਨੀ ਉਹਨੇ ਚੀਕ ਮਾਰਨੀ ਫਿਰ ਇਹਨੇ ਖੋਹ ਜਾਣਾ ਇਹਨੇ ਵੀ ਉਹਨੇ ਮਾਰਨਾ ਵਾ ਬਸ ਇੱਕ ਖਿਡਾਉਣੇ ਦੀ ਜੇ ਦਿਨਾਂ ਦੇਖੋ ਭਾਈ ਜਿਵੇਂ ਨਾ ਭੈਣ ਨੇ ਵੀ ਦੱਸਿਆ ਵੀ ਇਹ ਮਿੱਠੂ ਨਾ ਆਉਂਦਾ ਤਾਂ ਜ਼ਿੰਦਗੀ ਅੱਜ ਸ਼ਾਇਦ ਖਤਮ ਹੁੰਦੀ ਨਹੀਂ ਨਹੀਂ ਉਹ ਤਾਂ ਸਹੀ ਹੈ ਪਰ ਉਹਦੇ ਨਾਲ ਖੁਸ਼ੀਆਂ ਮਤਲਬ ਢੇਰ ਸਾਰੀਆਂ ਮਿਲ ਗਈਆਂ ਆਪਾਂ ਨੂੰ ਤੁਸੀਂ ਇੱਕ ਅਜਿਹਾ ਗਿਫਟ ਦਿੱਤਾ ਭੈਣ ਨੂੰ ਹੈ ਨਾ ਉਹ ਰੱਬ ਦੇਣ ਵਾਲਾ ਜੀ ਉੱਪਰ ਜੇ ਨਾ ਆਉਂਦਾ ਤਾਂ ਆਪਾਂ ਕਿੱਥੋਂ ਹੋਏ ਉਹਨੇ ਭੇਜਿਆ ਆਪਾਂ ਫੜ ਕੇ ਰਿਸੀਵ ਕੀਤਾ ਨਾ ਫੜਾਤਾ ਇਹਨੂੰ ਸੋਚੇ ਸੀ ਇੰਨਾ ਖਾਸ ਮੈਂਬਰ ਬਣ ਜਾਓ ਪਰਿਵਾਰ ਦਾ ਨਹੀਂ ਕਦੀ ਨਹੀਂ ਸੋਚਿਆ ਲੋਕਾਂ ਦੇ ਘਰੇ ਦੇਖੀਦੇ ਆਪਾਂ ਤੋਂ ਉਹਦੇ ਬਥੇਰਿਆਂ ਘਰੇ ਆਪਾਂ ਮੇਰਾ ਕੰਮ ਉਸ ਹਿਸਾਬ ਨਾਲ ਘਰੇ ਆਉਣਾ ਜਾਣਾ ਲੋਕਾਂ ਨੇ ਤੋਤੇ ਰੱਖੇ ਹੋਏ ਆ ਰੱਖੇ ਨਹੀਂ ਹੋਏ ਉਹ ਕੈਦ ਕੀਤੇ ਹੋਏ ਆ ਲੋਕਾਂ ਨੇ ਮਤਲਬ ਇੱਦਾਂ ਰੱਖਣਾ ਨਹੀਂ ਚਾਹੀਦਾ ਜੇ ਤੁਸੀਂ ਕੈਦ ਕੀਤਾ ਉਹ ਸਜ਼ਾ ਹੀ ਹੋ ਗਈ ਅਸੀਂ ਇਹਨੂੰ ਕਦੀ ਕੈਦ ਨਹੀਂ ਕੀਤਾ ਇਹ ਓਪਨ ਆ ਪਿਆਰ ਦਿੰਦਾ ਪਿਆਰ ਸਾਡੇ ਤੋਂ ਬਹੁਤ ਲੈਂਦਾ ਆਪਣਾ ਬਹੁਤ ਦਿੰਦਾ ਇਹੀ ਮਤਲਬ ਜੇ ਸਵੇਰੇ ਉੱਠੀਏ ਤਾਂ ਵੀ ਇਹਨੂੰ ਫੜਨਾ ਪਹਿਲਾਂ ਅਸੀਂ ਸੁੱਤੇ ਰਹੀਏ ਭਾਵੇਂ ਇੱਥੇ ਪੈ ਇੱਥੇ ਰੱਖ ਲਈਏ ਮੂੰਹ ਲੈਂਦੇ ਤਾਂ ਵੀ ਬੈਠੇ ਰਹਿਣਾ ਵੀ ਪਿਆਰ ਜਦੋਂ ਅਸੀਂ ਉੱਠ ਜਾਣਾ ਫਿਰ ਇਹਨੇ ਫਿਰ ਆਪਣੇ ਪਿੰਜਰੇ ਦੇ ਉੱਤੇ ਟਿਕ ਜਾਣਾ ਕੰਮ ਕੁੰਮ ਇੱਧਰ ਉੱਧਰ ਤੁਰੇ ਫਿਰਦੇ ਜਾਂ ਮੋਢੇ 'ਤੇ ਬਹਿ ਜਾਣਾ ਅਤੇ ਜਦੋਂ ਸੌਣਾ ਅਸੀਂ ਤੁਰੇ ਫਿਰਦੇ ਨੇ ਇਹਨੂੰ ਪਤਾ ਵੀ ਮੈਂ ਸੌਣਾ ਕਿੱਥੇ ਆ ਇਹਨੂੰ ਪਤਾ ਮੈਂ ਸੌਣਾ ਕਿੱਥੇ ਲਾਈਟਾਂ ਸਾਰੀਆਂ ਕਮਰੇ ਬੰਦ ਹਨੇਰਾ ਹੋ ਗਿਆ ਹਨੇਰੇ 'ਚ ਇਹਨੇ ਤੁਰੇ ਫਿਰਦੇ ਨੇ ਮੈਂ ਸਾਰੇ ਪਾਸੇ ਇਹਨੂੰ ਪਤਾ ਵੀ ਇੱਥੇ ਆ ਕੇ ਮੇਰੇ ਕੋਲ ਬਹਿ ਜਾਣਾ ਤੁਹਾਡੇ ਨਾਲ ਸੌਂਦਾ ਮੇਰੇ ਕੋਲ ਹਾਂ ਮੈਂ ਕਿਹਾ ਮਿੱਠੂ ਆ ਜਾ ਫਿਰ ਮੇਰੇ ਕੋਲ ਕਿੱਥੇ ਆ ਤੂੰ ਦੱਸਣ ਦੀ ਵੀ ਲੋੜ ਕਹਿਣ ਦੀ ਮੈਨੂੰ ਆ ਕੇ ਇੱਥੇ ਬਹਿ ਕੇ ਫਿਰ ਮੈਂ ਫੜ ਲੈਣਾ ਫਿਰ 5-7 ਮਿੰਟ ਜੇ ਲਾੜ ਨਾ ਕਰਾਂ ਮੈਂ ਜੇ ਇੱਦਾਂ ਹੀ ਬਿਠਾ ਦੇਵਾਂ ਕੋਈ ਟੋਕਰੀ 'ਚ ਲਪੇਟ ਕੇ ਇਹਨੂੰ ਬਿਸਤਰੇ 'ਚ ਇਹਨੇ ਫਿਰ ਬਾਹਰ ਨਿਕਲਾਉਣਾ ਫਿਰ ਇਹਨੇ ਮੇਰੇ ਕੋਲ ਇੱਥੇ ਆ ਜਾਣਾ ਫਿਰ 5-7 ਮਿੰਟ ਲਾ ਕੇ ਫਿਰ ਸਵਾਉਣਾ ਫਿਰ ਇਹਨੇ ਸਵੇਰੇ ਉੱਠਣਾ ਜਦੋਂ ਹੀ ਉੱਠਣਾ ਵਿੱਚ ਰਾਤ ਨੂੰ ਆਰਾਮ ਨਾਲ ਸੁੱਤਾ ਹੁੰਦਾ ਸੀ ਰਾਤ ਨੂੰ ਕਈ ਵਾਰੀ ਦੇਖਦੇ ਹੁੰਦੇ
ਕਦੀ ਵੀ ਬੱਚਿਆਂ ਤੋਂ ਵੱਧ ਪਿਆਰ ਆਉਂਦਾ ਇਹਦਾ ਨਾ ਹਾਂ ਹਾਂ ਪੂਰਾ ਪਿਆਰ ਲੋਕੀ ਦਾ ਹਰ ਕੋਈ ਕਹਿੰਦਾ ਸਾਨੂੰ ਦੇ ਦਿਓ ਸਾਨੂੰ ਇਹਦਾ ਐਦਾਂ ਕਿੱਦਾਂ ਮੀਨ ਕਿ ਮੈਂ ਹੁਣ ਕਈ ਵਾਰ ਬੇਟੇ ਨੂੰ ਝੜਕ ਦਿੰਦੀ ਹਾਂ ਫਿਰ ਮੈਨੂੰ ਪੈ ਜਾਂਦਾ ਮਤਲਬ ਤੂੰ ਉਹਨੂੰ ਕਿਉਂ ਝੜਕਦੀ ਆ ਉਹ ਵੀ ਇਹਨੂੰ ਕਈ ਵਾਰ ਮਤਲਬ ਬੱਚਾ ਲੜ ਪੈਂਦੇ ਆ ਦੋਨੇ ਜਣੇ ਆਪਸ ਵਿੱਚ ਲੜ ਪੈਂਦੇ ਆ ਪੈਸੇ ਵਿੱਚ ਵੀ ਇਹ ਡਿਬੇਟ ਕਰਦਾ ਵੀ ਤੁਸੀਂ ਨਾ ਬੋਲੋ ਮਤਲਬ ਨਹੀਂ ਬੋਲਣਾ ਇਹਦਾ ਮਤਲਬ ਇਹ ਹੁੰਦਾ ਤੁਹਾਨੂੰ ਲੜਨ ਵੀ ਨਹੀਂ ਦਿੰਦਾ ਨਾ ਜੇ ਅਸੀਂ ਆਪਸ ਚ ਬਹਿ ਜਾਂਦੇ ਇਹਦੇ ਪੱਖ ਦੀ ਗੱਲ ਜ਼ਿਆਦਾ ਕਰਦਾ ਭਾਵਾਂ ਮੇਰੀ ਗਲਤੀ ਆ ਇਹਦੀ ਗਲਤੀ ਆ ਜੇ ਇਹਦੇ ਪੱਖ ਦੀ ਜ਼ਿਆਦਾ ਗੱਲ ਇਹਨੇ ਕਰਨੀ ਕਰਨੀ ਆ ਜੇ ਮੈਂ ਬੋਲਣ ਲੱਗ ਗਏ ਥੋੜ੍ਹੀ ਦੇਰ ਬਾਅਦ ਉਹਨੇ ਆਪਣਾ ਗੁੱਸਾ ਕੱਢ ਦੇਣਾ ਮੇਰੇ ਤੇ ਜਿਵੇਂ ਕਹਿੰਦੇ ਬੱਚੇ ਦਾ ਮਾਂ ਨਾਲ ਵੱਧ ਪਿਆਰ ਹੁੰਦਾ ਹਾਂ ਮੇਰੇ ਦੰਦੀਆਂ ਬਥੇਰੀਆਂ ਬੜੀ ਵੱਡੀ ਜਾਂਦੇ ਆ ਇੱਥੇ ਮੂੰਹ ਤੇ ਇੱਥੇ ਆਪਾਂ ਆਪਣੇ ਵੱਲੋਂ ਲਾੜ ਕਰਦਾ ਇੱਥੇ ਦੰਦੀ ਮਾਰ ਦੇਣੀ ਉਹ ਗੁੱਸਾ ਕੱਢ ਦਿੰਦਾ ਹੁਣ ਕਿਚਨ ਦੇ ਵਿੱਚ ਐਂ ਤਾਂ ਨਹੀਂ ਹਿੰਮਤ ਹੈਗੀ ਕਿਸੇ ਦੀ ਵੀ ਕੋਈ ਆ ਕੇ ਮੇਰੇ ਕੋਲ ਖੜ ਜੂਗਾ ਜਾਂ ਕੋਈ ਮਤਲਬ ਕਿਚਨ ਦੇ ਵਿੱਚ ਆਪਾਂ ਮਤਲਬ ਕੋਈ ਹੋਰ ਵੀ ਸਾਡੀ ਕਿਚਨ 'ਚ ਕੰਮ ਕਰਨ ਲੱਗ ਜੂ ਨਾ ਕੋਈ ਵੀ ਆ ਜਾਂਦਾ ਉਹਨੂੰ ਚਲੋ ਪਿੱਛੇ ਬਾਹਰ ਹੋ ਜਾਓ ਬਾਹਰ ਹੋ ਜਾਓ ਇਹ ਖਾਂਦਾ ਪੀਂਦਾ ਫਿਰ ਕੀ ਆ ਖਾਣਾ ਪੀਣਾ ਜੋ ਅਸੀਂ ਖਾਣਾ ਪੀਣਾ ਜਿਵੇਂ ਰੋਟੀ ਖਾਣੀ ਆ ਰੋਟੀ ਮੇਰੇ ਮੂੰਹ 'ਚੋਂ ਖਾਣੀ ਆ ਕੁਛ ਵੀ ਖਾਣਾ ਪੀਣਾ ਮੂੰਹ 'ਚੋਂ ਹੀ ਖਾਣਾ ਉੱਦਾਂ ਇਹਦੇ ਸਨਫਲਾਵਰ ਕਾਫੀ ਵੀਡੀਓ ਸਾਡੀਆਂ ਖਾਣ ਪੀਣ ਦੀਆਂ ਇਹਦੀਆਂ ਬੋਲਣ ਦੀਆਂ ਹੋਰ ਵੀ ਤੁਹਾਨੂੰ ਤਾਂ ਚਲੋ ਘੱਟ ਬੋਲੂਗਾ ਹਲੇ ਮਾਈਕ ਕਰਕੇ ਅਸੀਂ ਆਪਣੇ ਹੋਰ ਕੈਪਚਰ ਕੀਤੇ ਆਪਣੇ ਚੈਨਲ 'ਤੇ ਪਾਈਆਂ ਵਾ ਟਿੰਕੂ ਜੱਸੀ ਲੁਧਿਆਣਾ ਉਹ ਖੋਲ੍ਹ ਕੇ ਤੁਸੀਂ ਉਹ 'ਚ ਦੇਖ ਸਕਦੇ ਹੋ ਚੈਨਲ ਨਾਲ ਸਬਸਕ੍ਰਾਈਬ ਕਰ ਦਿਓ ਜ਼ਰੂਰ ਅਸੀਂ ਵੀ ਕਹਾਂਗੇ ਜੇ ਤੁਸੀਂ ਜ਼ਿਆਦਾ ਵੀਡੀਓ ਦੇਖਣੇ ਆ ਤੋਤੇ ਦੀਆਂ ਤੁਸੀਂ ਪਰਿਵਾਰ ਦੀਆਂ ਇਹਨਾਂ ਦੇ ਬਲੌਗ ਪਾਇਆ ਕਰੂੰਗੀ ਐਚ ਡੀ ਥੋੜ੍ਹਾ ਜਿਹਾ ਨਾ ਟਾਈਮ ਘੱਟ ਹੁੰਦਾ ਗਾ ਕਿਉਂਕਿ ਮੇਰਾ ਪੂਰਾ ਦਿਨ ਇੱਦਾਂ ਹੀ ਨਿਕਲ ਜਾਂਦਾ ਇਹਨਾਂ ਦੇ ਨਾਲ ਹੀ ਹੋ ਜਾਂਦਾ ਨਾ ਥੋੜ੍ਹਾ ਜਿਹਾ ਬੱਚਾ ਹੁਣ ਸਕੂਲ ਬੇਟਾ ਸਕੂਲ ਜਾਣ ਲੱਗ ਗਿਆ ਜਿਵੇਂ ਜਿਵੇਂ ਹੁੰਦਾ ਸ਼ਾਰਟ ਬਣਾਉਂਦੀ ਰਹਿੰਦੀ ਸੀਗੀ ਅਤੇ ਹੁਣ ਮੈਂ ਬਲੌਗ ਪਾਇਆ ਕਰੂੰਗੀ ਜ਼ਰੂਰ ਦੇਖਿਓ ਸਾਡੇ ਚੈਨਲ 'ਤੇ ਜੱਸੀ ਟਿੰਕੂ ਜੱਸੀ ਐਲ ਡੀ ਐਚ ਔਰ ਨਾਲੇ ਮੇਰੀ ਇੰਸਟਾ ਦੀ ਆਈ ਡੀ ਆ ਪਹਿਚਾਣ ਬਣ ਚੁੱਕੀ ਆ ਇਹਦੇ ਕਰਕੇ ਬਣੀ ਆ ਸਾਨੂੰ ਮੈਂ ਇੱਕ ਹੋਰ ਰਿਐਲਿਟੀ ਦੱਸਦੀ ਆ ਵੀ ਮੈਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ ਹੁੰਦਾ ਸੀ ਇੱਦਾਂ ਵੀ ਮੈਂ ਕਿੱਦਾਂ ਇੱਦਾਂ ਬੋਲਣਾ ਕਿਉਂਕਿ ਪਹਿਲਾਂ ਨਾ ਅਸੀਂ ਈਵੈਂਟ ਵਗੈਰਾ ਕਰਦੇ ਹੁੰਦੇ ਸੀਗੇ ਫਰੈਂਡ ਸਰਕਲ ਉਹਨਾਂ ਨੇ ਕਹਿਣਾ ਕੋਈ ਬਾਈਟ ਦੇ ਜੈਸਮੀਨ ਤੂੰ ਮੈਂ ਕਹਿੰਦਾ ਮੈਂ ਨਹੀਂ ਦੇ ਸਕਦੀ ਬਾਈਟ ਅਤੇ ਅੱਜ ਇਹਨੇ ਦੇਖ ਲਿਆ ਵੀ ਮੈਂ ਵਧੀਆ ਸਾਡੀ ਮਤਲਬ ਕਿੱਦਾਂ ਨਾਮ ਬਣਾਤਾ ਇਹਨੇ ਪਤਾ ਨਹੀਂ ਕਿੰਨੀਆਂ ਬਾਈਟਾਂ ਹੋ ਗਈਆਂ ਈਵਨ ਕਿ ਜਿੱਥੇ ਮੈਂ ਨਹੀਂ ਪਹੁੰਚਣਾ ਚਾਹੁੰਦੀ ਸੀ ਅੱਜ ਮੈਂ ਉੱਥੇ ਵੀ ਮੈਨੂੰ ਮੇਰੇ ਖੁਦਾ ਨੇ ਪਹੁੰਚਾਤਾ ਹੈ ਨਾ ਇੰਨਾ ਕੁ ਇਹਦੇ ਆਉਣ ਤੋਂ ਬਾਅਦ ਮੇਰੀ ਲਾਈਫ ਚੇਂਜ ਹੋਈ ਹੈਗੀ ਕੋਈ ਦਿਨ ਸੀਗਾ ਜਦੋਂ ਕਹਿੰਦੇ ਸੀ ਵੀ ਕੀ ਜਾਨਵਰਾਂ ਦੇ ਨਾਲ ਲੱਗੇ ਹਾਂ ਕਿਹਾ ਮੈਨੂੰ ਸਾਡੇ ਆਪਦੇ ਨਹੀਂ ਕਿਹਾ ਹੋਰ ਦੱਸੋ ਸਾਡੇ ਆਪਦੇ ਕਲੋਜ਼ ਹੀ ਆ ਮੇਰੇ ਮੈਨੂੰ ਕਹਿੰਦੇ ਕੋਈ ਆਇਆ ਸੀ ਮੇਰੇ ਕੋਲ ਕਹਿੰਦੀ ਇਹ ਤਾਂ ਬੈੱਡ ਦੇ ਨਾਲ ਹੀ ਜੰਗਲੀ ਜਾਨਵਰ ਖੋਲ੍ਹੇ ਹੋਏ ਆ ਕਿਉਂਕਿ ਪਿੰਜਰੇ ਮੇਰੇ ਬੈੱਡ ਦੇ ਨਾਲ ਹੀ ਪਏ ਆ ਅਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਵੀ ਇਹਨਾਂ 'ਚ ਜਿਹੜਾ ਇਹਨਾਂ ਤੋਂ ਪਿਆਰ ਮਿਲਦਾ ਨਾ ਉਹ ਇਨਸਾਨਾਂ ਤੋਂ ਨਹੀਂ ਮਿਲਦਾ ਇਹ ਕੁਦਰਤ ਆ ਇਹਨਾਂ ਨੂੰ ਪਿਆਰ ਕਰਾਂਗੇ ਨਾ ਦੁੱਗਣੀਆਂ ਸਾਨੂੰ ਸੀਸਾਂ ਹੀ ਮਿਲਦੀਆਂ ਇਹਨਾਂ ਨਾਲ ਰਹਿ ਕੇ ਤਾਂ ਦੇਖੋ ਮਤਲਬ ਕਿੰਨਾ ਸਕੂਨ ਮਿਲਦਾ ਹੈਗਾ ਜ਼ਿੰਦਗੀ ਦਾ ਜਿੰਨੀ ਮਰਜ਼ੀ ਸਾਡਾ ਦਿਮਾਗ ਖਰਾਬ ਹੋਇਆ ਹੋਵੇ ਜਿੰਨੀ ਮਰਜ਼ੀ ਸਾਡੀ ਜ਼ਿੰਦਗੀ 'ਚ ਲੜਾਈ ਝਗੜੇ ਕੁਛ ਵੀ ਹੋਣ ਨਾ ਮੈਂ ਕਹਿੰਦੀ ਹਾਂ ਇਹਨਾਂ ਨੂੰ ਦੇਖੋ ਇਹਨਾਂ ਨਾਲ ਰਵੋ ਤਾਂ ਇੱਦਾਂ ਹੁੰਦਾ ਵੀ ਹਾਂ ਸਕੂਨ ਦੀ ਜ਼ਿੰਦਗੀ ਜੀ ਰਹੇ ਹਾਂ ਇਹ ਹੁਣ ਮਤਲਬ ਗੱਲ ਕਰ ਰਹੇ ਨਾ ਮੈਂ ਹੱਥ ਗੱਲ ਕਰ ਦਿੰਦੇ ਹੱਥ ਕਰਕੇ ਗੱਲ ਨਹੀਂ ਕਰਨ ਦਿੰਦਾ ਲੜਦੇ ਪਏ ਆ ਐਂ ਲੜਦੇ ਹੈਗੇ ਮਿੱਠੂ ਕੀ ਆ ਮਿੱਠੂ ਟਿੰਕੂ ਬੋਲ ਜੱਸੀ ਟਿੰਕੂ ਜੱਸੀ ਚੱਲ ਚੱਲੀਏ ਫਿਰ ਚੱਲੀਏ ਹੁਣ ਚੱਲੀਏ ਹੁਣ ਸੋ ਬਾਈ ਜੀ ਅਸੀਂ ਵੀ ਇਹ ਜ਼ਰੂਰ ਅਪੀਲ ਕਰਾਂਗੇ ਬਾਈ ਬਾਕਮਾਲ ਜਿਹੜੀ ਹੈ ਕਹਾ ਨਾ ਕਹਦੇ ਵੀ ਕੁਦਰਤ ਦੇ ਨਾਲ ਪਿਆਰ ਹੁਣ ਦੇਖੋ ਇਹ ਵਧੀਆ ਖੇਡਦਾ ਰਹਿੰਦਾ ਹੁੰਦਾ ਸੀ ਛੋਟਾ ਹੁੰਦਾ ਸੀ ਬੇਟਾ ਜਦੋਂ ਵੀ ਰੁੜਦਾ ਵੀ ਨਹੀਂ ਹੁੰਦਾ ਸੀ ਇਹਨੂੰ ਮੈਂ ਬੈੱਡ 'ਤੇ ਪਾ ਦੇਣਾ ਉਹਨੇ ਕਈ ਵਾਰ ਨੁੱਕਰ 'ਤੇ ਆ ਜਾਣਾ ਇਹਨੂੰ ਕਹਿਣਾ ਪਿੱਛੇ ਹੋ ਜੇ ਉਹਨੇ ਇਹਨੇ ਫਿਰ ਮੈਨੂੰ ਆਵਾਜ਼ ਮਾਰਨੀ ਜੱਸੀ ਜੱਸੀ ਜ਼ੋਰ ਨਾਲ ਆਵਾਜ਼ਾਂ ਮਾਰਦੇ ਮੈਂ ਕਿਚਨ 'ਚ ਕੰਮ ਕਰਦੀ ਹੁੰਦੀ ਸੀਗੀ ਇਹਨੇ ਮੇਰੇ ਬੇਟੇ ਨੂੰ ਤਾਂ ਇੱਦਾਂ ਇੱਕ ਜਿਵੇਂ ਇਨਸਾਨ ਨਹੀਂ ਮਤਲਬ ਬੱਚੇ ਨੂੰ ਪਾਲਦਾ ਹੁੰਦਾ ਇੱਦਾਂ ਇਹਨੇ ਉਹਦੀ ਦੇਖ ਰੇਖ ਕੀਤੀ ਹੈਗੀ ਦੋਸਤੋ ਇਹ ਪਰਿਵਾਰ ਦੀ ਉਹ ਕਹਾਣੀ ਆ ਵੀ ਇੱਕ ਨਾ ਤੋਤਾ ਮਿੱਠੂ ਨੇ ਆ ਕੇ ਸਾਰੇ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ ਹੈ ਅਤੇ ਅੱਜ ਇਹ ਪਰਿਵਾਰ ਆ ਜਿਹੜਾ ਉਸਨੂੰ ਬੱਚਿਆਂ ਦੇ ਵਾਂਗੂ ਪਿਆਰ ਕਰਦਾ ਅਤੇ ਬੱਚਿਆਂ ਵਾਂਗੂ ਰੱਖਦਾ ਨਾਲ ਹੀ ਸੌਂਦਾ ਵੀ ਨਾਲ ਆ ਅਤੇ ਖਾਂਦਾ ਪੀਂਦਾ ਵੀ ਨਾਲ ਹੀ ਆ ਸੋ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਜੁੜੇ ਰਹੋ ਚੈਨਲ ਦੇ ਨਾਲ ਮੇਰੇ ਨਾਲ ਮੇਰੇ ਕੈਮਰਾ ਪਰਸਨ ਅਰਸ਼ਦੀਪ ਕਹਿਲੇ ਧੰਨਵਾਦ।